ਪ੍ਰੌਪਰਟੀ ਜ਼ੋਨ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਜੀ ਹਾਂ ਅੱਜ ਅਸੀਂ ਇਸ ਖਾਸ ਨਵੇਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਜਿੱਥੇ ਬਹੁਤ ਹੀ ਖੂਬਸੂਰਤ ਤੋਂ ਪ੍ਰੌਪਰਟੀਆਂ ਲੈ ਕੇ ਹਾਜ਼ਰ ਹੋਏ ਹਾਂ ਜਿਨ੍ਹਾਂ ਦੇ ਓਪਨ ਹਾਊਸੇਜ਼ ਔਰ ਉਸ ਪ੍ਰੌਪਰਟੀ ਦੀ ਜਾਣਕਾਰੀ ਦੇਵਾਂਗੇ ਉੱਥੇ ਨਾਲ ਦੀ ਨਾਲ ਪ੍ਰੋਪਰਟੀ ਜ਼ੋਨ ਦੇ ਵਿੱਚ ਸਾਡੇ ਨਾਲ ਹਮੇਸ਼ਾ ਮਾਹਰ ਜਿਹੜੇ ਹਾਂ ਜੀ ਆਉਂਦੇ ਹਨ ਔਰ ਇਸ ਵਾਰੀ ਸਾਡੇ ਨਾਲ ਨਨ ਅਦਰ ਦੈਨ ਰੀਅਲ ਏਸਟੇਟ ਬ੍ਰੋਕਰ ਔਰ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਬਿਲੀਅਨਸ ਆਫ ਡਾਲਰ ਦੀ ਆਪਣੇ ਕੈਰੀਅਰ ਦੇ ਵਿੱਚ ਟ੍ਰਾਂਜੈਕਸ਼ਨਸ ਕਰ ਚੁੱਕੇ ਜਗਤਾਰ ਟੱਡਾ ਜੀ ਰੀਅਲ ਏਸਟੇਟ ਬ੍ਰੋਕਰ ਹਾਊਸ ਲੈਂਡ ਐਂਟਰਪ੍ਰਾਈਜ਼ਸ ਤੋਂ ਸਾਡੇ ਦੇ ਨਾਲ ਹਨ ਸੋ ਤੁਹਾਡਾ ਨੇ ਗਰ ਸਵਾਗਤ ਜੀ ਆਇਆਂ ਨੂੰ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਸੁਣਨ ਵਾਲਿਆਂ ਨੂੰ ਵੀ ਸਾਰਿਆਂ ਨੂੰ ਸਰਕਾਰ ਦੇ ਨਾਲ ਸਤਿ ਸ੍ਰੀ ਅਕਾਲ ਗੱਲ ਆਉਂਦੀ ਹੈ ਜੀ ਰੀਅਲ ਏਸਟੇਟ ਪ੍ਰੋਪਰਟੀਆਂ ਕਾਰੋਬਾਰ ਖਰੀਦਣ ਦੀ ਵੇਚਣ ਦੀ ਸੋ ਮੈਨੂੰ ਪਤਾ ਹੈ ਤੁਹਾਡਾ ਜਿਹੜਾ ਤਜਰਬਾ ਹੈ ਜੀ ਉਹ ਬੜਾ ਵਾਸਟ ਹੈ ਔਰ ਮੈਂ ਔਨ 에ਅਰ ਕਈ ਵਾਰੀ ਆਪਣੇ ਦਰਸ਼ਕਾਂ ਨੂੰ ਦੱਸ ਚੁੱਕਾ ਹਾਂ ਕਿ ਜਗਤਾਰ ਢੱਡਾ ਜੀ ਹੋਰਾਂ ਨੇ ਔਰ ਸੁਖਦੇਵ ਕਾ ਢੱਡਾ ਜੀ ਹੋਰਾਂ ਨੂੰ ਮੈਂ ਬੜੇ ਲੰਬੇ ਸਮੇਂ ਤੋਂ ਜਾਣਦਾ ਹਾਂ ਔਰ ਤੁਸੀਂ ਮੈਨੂੰ ਪ੍ਰੇਰਿਆ ਵੀ ਹੈ ਕਿ ਇਸ ਲਾਈਨ ਦੇ ਵਿੱਚ ਤੁਸੀਂ ਆਓ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੇ 15 ਸਾਲ ਤਕਰੀਬਨ ਜਿਹੜੇ ਪੂਰੇ ਕਰ ਰਿਹਾ ਤੁਹਾਡੇ ਗਾਈਡੈਂਸ ਦੇ ਤਹਿਤ ਤੁਸੀਂ ਇੱਕ ਛੋਟੇ ਤੋਂ ਲੈ ਕੇ ਬੜਾ ਵੱਡਾ ਜਿਹੜਾ ਹੈ ਜੀ ਪ੍ਰਾਪਰਟੀਆਂ ਕਮਰਸ਼ੀਅਲ ਪ੍ਰਾਪਰਟੀਆਂ ਛੋਟਾ ਘਰ ਤੋਂ ਲੈ ਕੇ ਵੱਡੇ ਕਮਰਸ਼ੀਅਲ ਪ੍ਰਾਪਰਟੀ ਤੱਕ ਦੀਆਂ ट्रांजੈਕਸ਼ਨਸ ਕੀਤੀਆਂ ਨੇ ਜੀ ਅਕਸਰ ਸਾਡੇ ਦਰਸ਼ਕ ਵੀ ਇਹ ਸਵਾਲ ਕਰਦੇ ਨੇ ਜੀ ਕਿ ਪ੍ਰਾਪਰਟੀ ਖਰੀਦਣ ਦਾ ਸਹੀ ਵਕਤ ਕਿਹੜਾ ਹੁੰਦਾ ਹੈ ਇਹ ਇਹਦੇ ਬਾਰੇ ਦੱਸੋ ਕਿ ਕੀ ਕੀ ਵਾਕਿਆ ਕੋਈ ਟਾਈਮ ਹੁੰਦਾ ਹੈ ਕਿ ਜਿਵੇਂ ਆਪਾਂ ਕੋਈ ਬੀਜ ਬੀਜਦੇ ਹਾਂ ਕਿ ਹੁਣ ਕਣਕ ਦਾ ਟਾਈਮ ਹੈ ਹੁਣ ਝੋਨੇ ਦਾ ਟਾਈਮ ਹੈ ਹੁਣ ਫੁੱਲਾਂ ਦਾ ਟਾਈਮ ਹੈ ਕਿ ਪ੍ਰਾਪਰਟੀ ਖਰੀਦਣ ਦੇ ਲਈ ਵੀ ਇਸੇ ਤਰ੍ਹਾਂ ਕੋਈ ਟਾਈਮ ਹੁੰਦਾ ਹੈ ਕਿ ਉਦੋਂ ਹੀ ਖਰੀਦੀ ਜਾਣੀ ਚਾਹੀਦੀ ਜਾਂ ਇਹਦੇ ਬਾਰੇ ਦੱਸੋ ਜਿਹੜਾ ਸਹੀ ਆਨਸਰ ਮੈਂ ਦਿੰਦਾ ਰਿਹਾ ਮੈਨੂੰ ਇਹ ਕੁਐਸਚਨ ਨਾਗਰ ਸਾਹਿਬ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਹਜ਼ਾਰਾਂ ਹੀ ਬਾਰੇ ਲੋਕਾਂ ਨੇ ਇਹ ਪੁੱਛਿਆ ਕਿਉਂਕਿ ਦੇਰ ਲਾਈ ਹਨ ਜੁਵਨ ਮੇ ਐਗਜ਼ੈਕਟਲੀ ਦੇ ਜਸਟ ਵਾਂਟ ਕਾਈਂਡ ਆਫ ਪੀਸ ਆਫ ਅਡਵਾਈਸ ਬਟ ਉਹ ਚਾਹੁੰਦੇ ਤੇ ਇਦਾਂ ਹੁੰਦੇ ਆਵੇ ਜਿੱਦਾਂ ਇਹ ਰੀਅਲ ਸੈਟ ਦੇ ਬਾਬੇ ਹੋਈਏ ਅਸੀਂ ਬਾਬੇ ਨਹੀਂ ਆ ਕਿ ਅਸੀਂ ਪ੍ਰੋਫੈਸ਼ਨਲ ਆ ਅਸੀਂ ਪੜੇ ਲਿਖੇ ਆ ਲਾਇਸੈਂਸ ਲਾਇਆ ਸਾਡੇ ਕੋਲ ਇਨਫੋਰਮੇਸ਼ਨ ਆ ਜੀ ਲੇਕਿਨ ਉਹ ਬਾਬਿਆਂ ਵਾਲਾ ਆਨਸਰ ਭਾਲਦੇ ਹੁੰਦੇ ਪਰ ਮੈਂ ਸਦਾ ਸੱਚਾ ਆਨਸਰ ਦਿੱਤਾ ਜੀ ਮੈਂ ਬਾਬਿਆਂ ਵਾਲਾ ਆਨਸਰ ਦੇ ਨਹੀਂ ਸਕਦਾ ਬਕਵਾਹੇ ਬਾਬੇ ਮਤਲਬ ਹਰ ਇੱਕ ਨੂੰ ਮੁੰਡੇ ਦੇਣ ਵਾਲੀ ਗੱਲ ਅਸੀਂ ਮੁੰਡੇ ਦੇਣ ਵਾਲੀ ਗੱਲ ਨਹੀਂ ਮੈਂ ਉਹਨਾਂ ਨੂੰ ਇਹ ਦਰਦਾਨਾ ਵੀ ਇਟ ਡਿਪੈਂਡਸ ਤੁਸੀਂ ਕਹੇ ਵੀ ਕਿਹੜਾ ਰਾਈਟ ਟਾਈਮ ਹੈ ਇਟ ਡਿਪੈਂਡਸ ਔਰ ਵਾਟ ਕਾਈਂਡ ਆਫ ਇਕਨੋਮਿਕ ਸਿਸਟਮ ਵੀ ਹੈਵ ਇਨ ਦਿਸ ਕੰਟਰੀ ਜੇ ਤੁਸੀਂ ਈਸਟਰਨ ਯੂਰਪ ਦੇ ਵਿੱਚ ਕੋਈ ਪ੍ਰਾਪਰਟੀ ਲੈ ਰਹੇ ਹੋਵੋ ਉੱਥੇ ਜਿਹੜਾ ਆਨਸਰ ਹੋਣਾ ਹੋਰ ਹੋਣਾ ਵੈਸਟਰਨ ਯੂਰਪ ਦੇ ਵਿੱਚ ਹੋਰ ਹੋਣਾ ਏਸ਼ੀਆ ਚ ਹੋਰ ਹੋਣਾ ਲੇਕਿਨ ਕੈਨੇਡੀਅਨ ਇਕਨੋਮੀ ਆ ਇਹ ਇਸ ਤਰ੍ਹਾਂ ਕੰਟਰੋਲਡ ਇਕਨੋਮੀ ਆ ਜਾਂ ਤੁਸੀਂ ਕਹ ਲਓ ਅਨ ਕੰਟਰੋਲਡ ਇਕਨੋਮੀ ਆ ਇੱਥੇ ਅੱਜ ਦਾ ਵਕਤ ਇਜ਼ ਦ ਰਾਈਟ ਵਕਤ ਟੂਡੇ हां आज जे ਤੁਸੀਂ ਅੱਜ ਸੇਲ ਕਰ ਰਹੇ ਆ ਨਾਗਰਾ ਦਾ ਮੇਰੀ ਸਾਰੇ ਭੈਣ ਭਰਾਵਾਂ ਨੂੰ ਤੁਹਾਡੇ ਧਰੂ ਬੇਨਤੀ ਆ ਅੱਜ ਹੀ ਲੈ ਲਓ ਇਹ ਨਾ ਸੋਚੋ ਕਈ ਵਾਰੀ ਹੁੰਦਾ ਉਹ ਬਾਬਿਆਂ ਵਾਲੀ ਜਿਹੜੀ ਨੌਲੇਜ ਹੁੰਦੀ ਹੈ ਕੋਈ ਗੱਲ ਦੇ ਵਿੱਚ ਠਹਿਰ ਜਾ ਵਾਲੇ ਘਰ ਥੱਲੇ ਆ ਜਾਣੇ ਆ ਜੇ ਥੱਲੇ ਨਾ ਆਏ ਤਾਂ ਪੀਪਲ will be cooked ओके ਔਰ ਔਰ ਜੋ ਬਾਈ ਆਲਵੇਸ ਬਾਈ ਆਈ ਟੈਲ ਪੀਪਲ ਕਿ ਬਾਈ ਟੂ ਆ ਪ੍ਰੋਪਰਟੀ ਐਟ ਵਨ ਟਾਈਮ ਰਾਈਟ ਮੇਰਾ ਕਹਿਣ ਦਾ ਮਤਲਬ ਤੁਸੀਂ ਜੋ ਰਿਕਵੈਸਟ ਆਨ ਕੁਐਸਚਨ ਪੁੱਛਿਆ ਉਹਦਾ ਇਹ ਆ ਆਲਵੇਸ ਦਾ ਰਾਈਟ ਟਾਈਮ ਬਿਕੋ ਦਿਸ ਦਿਸ ਇਕਨੋਮੀ ਸੋ ਕੰਟਰੋਲਡ ਇ ਨੇਵਰ ਗੋਇੰ ਟੂ ਹਾਊਸ ਯੂ ਵਿਲ ਨੇਵਰ ਫਾਈਂਡ ਅ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਟੂ ਹਾਫ ਪ੍ਰਾਈਸ ਨੇਵਰ ਮੈਂ ਤੁਹਾਡੀ ਗੱਲ ਨੂੰ ਮੈਂ ਸਪਲੀਮੈਂਟ ਕਰਦਾ ਹਾਂ ਔਰ ਕੰਪਲੀਮੈਂਟ ਵੀ ਸ਼ਾਇਦ ਕਰਾਂਗਾ ਕਿ ਸਹੀ ਵਕਤ ਜਿਹੜਾ ਪ੍ਰਾਪਰਟੀ ਖਰੀਦਣ ਦਾ ਉਹ ਅੱਜ ਨਹੀਂ ਹੈ ਉਹ ਕੱਲ ਸੀ ਕੱਲ ਐਗਜ਼ੈਕਟਲੀ ਉਹ ਕੱਲ ਸੀ ਯੈਸਟਰਡੇ ਸੋ ਆ ਪਾਵੇ ਹੈ ਕਿ ਸਾਨੂੰ ਪਤਾ ਹੈ ਜਿਵੇਂ ਕਿ ਟੱਡਾ ਸਾਹਿਬ ਨੇ ਇਕਨੋਮੀ ਦੀ ਔਰ ਤੁਹਾਡੇ ਜਿਹੜੇ ਜਿਹੜੇ ਤੁਹਾਡੇ ਜਿਹੜੀ ਪ੍ਰਸਥਿਤੀਆਂ ਨੇ ਤੁਹਾਡੀਆਂ ਸਿਚੁਏਸ਼ਨਸ ਨੇ ਇਕਨੋਮਿਕਲ ਫਾਈਨੈਂਸ਼ੀਅਲ ਸਿਚੁਏਸ਼ਨ ਨੇ ਸਾਰੇ ਬੰਦੇ ਆਪਾਂ ਕਮਾਈਆਂ ਕਰਦੇ ਆ ਚਾਹੇ ਥੋੜੀ ਬਹੁਤ ਔਰ ਉਸ ਦੇ ਹਿਸਾਬ ਨਾਲ ਤੁਹਾਡੇ ਲਈ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰਾਪਰਟੀ ਬਿਲਕੁਲ available ਹੈ اور ਉਹਦੇ ਲਈ ਤੁਹਾਨੂੰ ਸਿਰਫ ਤੇ ਸਿਰਫ ਰਾਈਟ ਰੀਅਲਟਰ ਜਿਹੜਾ ਹੈ ਜੀ ਉਸ ਦੀ ਚੋਣ ਕਰਨ ਦੀ ਲੋੜ ਆਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਤੁਹਾਨੂੰ ਤੁਹਾਡੀ ਲੋੜ ਮੁਤਾਬਕ ਤੁਹਾਡੇ ਦੱਸੇ ਮੁਤਾਬਕ ਤੁਹਾਡੀ ਜਿਹੜੀ ਹੈ ਏਰੀਆ ਜਿਹੜਾ ਤੁਸੀਂ ਚਾਹੋਗੇ ਅਸੀਂ ਉਸ ਮੁਤਾਬਕ ਤੁਹਾਨੂੰ ਤੁਹਾਡੇ ਸੁਪਨਿਆਂ ਦਾ ਘਰ ਅਕਸਰ ਕਿਹਾ ਜਾਂਦਾ ਹੈ ਜਾਂ ਤੁਹਾਨੂੰ ਇਹ ਕਹਿ ਲਓ ਕਿ ਤੁਹਾਡਾ ਜਿਹੜਾ ਪ੍ਰਾਪਰਟੀ ਤੁਸੀਂ ਚਾਹੇ ਹੋਰ ਇਨਵੈਸਟਮੈਂਟ ਲਈ ਲੈਣੀ ਹੈ ਤੁਹਾਡੀ ਪਹਿਲੀ ਦੂਜੀ ਤੀਜੀ ਚੌਥੀ ਪ੍ਰਾਪਰਟੀ ਹੈ ਕਮਰਸ਼ੀਅਲ ਲੈਣੀ ਹੈ ਬੱਚਿਆਂ ਲਈ ਲੈਣੀ ਹੈ ਲੈਂਡ ਇੱਕ ਕੋਈ ਹੋਟਲ ਮੋਟਲ ਜਾਂ ਗੈਸ ਸਟੇਸ਼ਨ ਉਹ ਅਸੀਂ ਤੁਹਾਨੂੰ ਲੈ ਕੇ ਦੇ ਸਕਦੇ ਹਾਂ ਔਰ ਗਾਈਡੈਂਸ ਜਿਹੜੀ ਹੈ ਜੀ ਕੰਸਲਟੈਂਸੀ ਉਹਦੀ ਕੋਈ ਕਿਸੇ ਕਿਸ ਤਰ੍ਹਾਂ ਦੀ ਕੋਈ ਫੀਸ ਨਹੀਂ ਹੁੰਦੀ ਸੋ ਸਾਡੇ ਕੋਲ ਕੁਝ ਇੱਕ ਪ੍ਰਾਪਰਟੀਆਂ ਜਿਹੜੀਆਂ ਹਨ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਟੱਡਾ ਸਾਹਿਬ ਦੱਸਨੀ ਚਾਹਾਂਗੇ ਉਹ ਦੋ ਪ੍ਰਾਪਰਟੀਆਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਇੱਕ ਪ੍ਰਾਪਰਟੀ ਪ੍ਰਾਪਰਟੀ ਜ਼ੋਨ ਦੇ ਵਿੱਚ ਜਿਹੜੀ ਹੈ ਜੀ ਉਹ ਸਾਡੇ ਕੋਲ ਅਸਾਈਨਮੈਂਟ ਸੇਲ ਹੈ ਜੀ ਆ ਪਹਿਲੀ ਪ੍ਰਾਪਰਟੀ ਜਿਹੜੀ ਆ ਸਾਡੇ ਦਰਸ਼ਕ ਜਿਹੜੇ ਹਨ ਜੀ ਉਹ ਸਕਰੀਨ ਦੇ ਉੱਤੇ ਉਹਨਾਂ ਨੂੰ ਬੜੇ ਜਲਦੀ ਅਸੀਂ ਉਹ ਦਿਖਾਉਣ ਜਾ ਰਹੇ ਹਾਂ ਸੋ ਇਹ ਪ੍ਰਾਪਰਟੀ ਜਿਹੜੀ ਹੈ ਜੀ ਇਸ 1731 ਸਕੁਅਰ ਫੀਟ ਦਾ ਇਹ ਐਂਡ ਯੂਨਿਟ ਟਾਊਨ ਹਾਊਸ ਹੈ ਯਰ ਦ ਵੇ ਇਟ ਇਜ਼ ਇਟ ਇਜ਼ ਅਪ ਗ੍ਰੇਡੇਡ ਇਟ ਲੁక్స్ ਮੱਚ ਮੋਰ bigger ਐਸ ਇਟ ਵਾਸ ਅਬਾਊਟ 2000 स्क्वायर फुट एग्जैक्टली द वे द क्राफ्ट्समैनशिप ਆਪਣੇ ਨਗਰ ਸਾਹਿਬ ਮੈਂ ਦੇਖੀ ਆ ਉਥੋਂ ਨਿਕਲ ਨੂੰ ਜੇ ਨਾ ਕਰੇ ਬਿਲਕੁਲ ਔਰ ਇਹਦੀ ਇੱਕ ਖਾਸियत ਇਹ ਹੈ ਜੀ ਇਸ ਪ੍ਰੋਪਰਟੀ ਦੀ ਮੈਂ ਕਹਾਂਗਾ ਕਿ ਜਿਹੜਾ ਦਾ ਜੇਕਰ ਜਿਹੜਾ ਇਹਦਾ ਫਲੋਰ پلان ਇੱਕ ਵਾਰ ਫੇਰ ਦਿਖਾਇਆ ਜਾਵੇ ਫਲੋਰ پلان ਇਹਦਾ ਬੜਾ ਕਮਾਲ ਦਾ ਹੈ ਜੀ ਇਸ ਘਰ ਦੇ ਵਿੱਚ ਟੱਡਾ ਸਾਹਿਬ ਤਿੰਨ ਬੈੱਡਰੂਮ ਦਾ ਘਰ ਹੈ ਇਹ ਤਿੰਨ ਬੈੱਡਰੂਮ ਤਿੰਨ ਵਾਸ਼ਰੂਮ ਤਿੰਨ ਵਾਸ਼ਰੂਮ ਔਰ ਸਭ ਤੋਂ ਵਧੀਆ ਗੱਲ ਹੈ ਕਿ ਮੇਨ ਫਲੋਰ ਦੇ ਉੱਤੇ ਇੱਕ ਜਿਹੜਾ ਫੁੱਲ ਜਿਹੜਾ ਬੈਡਰੂਮ ਹੈ ਮੇਨ ਫਲੋਰ ਦੇ ਉੱਤੇ ਹੈ ਦੋ ਬੈਡਰੂਮ ਉੱਤੇ ਨੇ ਸੋ ਜਦੋਂ ਦੋ ਬੈਡਰੂਮ ਉੱਤੇ ਰਹ ਜਾਂਦੇ ਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਕਿੰਨੇ ਖੁੱਲੇ ਹੋ ਜਾਂਦੇ ਨੇ ਟਾਊਨ ਹਾਊਸ 17500 ਜਾਂ 1731 ਸਕੁਅਰ ਫੀਟ ਦਾ ਐਂਡ ਯੂਨਿਟ ਇਸ ਬਿਲਕੁਲ ਸੈਮੀ ਡਿਟੈਚਡ ਵਰਗਾ ਪ੍ਰੋਪਰਟੀ ਹੈ ਜਿਹੜੀ ਕਿ ਬਹੁਤ ਹੀ ਵਾਜਬ ਕੀਮਤ ਦੇ ਉੱਤੇ ਅਸੀਂ ਇਹਦੀ ਜਿਹੜੀ ਹੈ ਕਲੋਜ਼ਿੰਗ ਚਾਬੀ ਤੁਹਾਨੂੰ ਬ੍ਰੈਂਡ ਨਿਊ ਇਸ ਘਰ ਦੀ ਚਾਬੀ ਜੁਲਾਈ ਦੇ ਫਰਸਟ ਵੀਕ ਉਧਰ ਕੈਨੇਡਾ ਦੇ ਹੋਣਾ ਜੀ ਉਧਰ ਤੁਹਾਨੂੰ ਅਸੀਂ ਘਰ ਦੀ ਇਹਦੀ ਚਾਬੀ ਫੜਾ ਦੇਣੀ ਹੈ ਅੰਦਰ ਲੋਕੇਸ਼ਨ ਇਜ਼ ਅਨ ਪੈਰ ਬਿਲਕੁਲ ਹਾਲਟਨ ਰੀਜਨ ਦੇ ਵਿੱਚ ਇਹ ਬਿਲਕੁਲ 에어ਪੋਰਟ ਜੇਕਰ ਆਪਾਂ ਟ੍ਰਾਂਟੋ ਦਾ 에어ਪੋਰਟ ਦੇਖੇ ਤਾਂ 에어ਪੋਰਟ ਤੋਂ ਸਿਰਫ 35 ਤੋਂ 40 ਮਿੰਟ ਦੀ ਡਰਾਈਵ ਦੇ ਉੱਤੇ ਆ ਬ੍ਰੈਂਪਟਨ ਮਿਸਿਸਾਗਾ ਦੇ ਬਾਰਡਰ ਤੋਂ ਇਹ 20 ਮਿੰਟ ਦੀ ਡਰਾਈਵ ਦੇ ਉੱਤੇ ਪੈਂਦਾ ਹੈ ਤੁਹਾਨੂੰ ਯਾਦ ਹੋਊਗਾ ਕਿੰਨਾ ਸੈਨਿਕ ਵਿਊ ਹੈਗਾ ਉੱਥੇ ਬਿਲਕੁਲ ਬਿਲਕੁਲ ਨਾਲੇ ਨਾਲੇ ਗ੍ਰੀਨਰੀ ਨਾਲੇ ਜਿਸਲ ਪੱਤ ਚੜ ਆਉਂਦੀ ਹੈ ਨਾ ਉੱਥੇ ਖੜਾ ਹੋ ਕੇ ਇੱਕਦਮ ਪਹਿਲਾਂ ਗਿਆ ਸੀ ਮੇਰੇ ਕੋਲ ਇੱਕ ਫੋਟੋ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੁਸੀਂ ਤੁਹਾਡੇ ਜੀ ਕਰਦੇ ਦੇਖਦੇ ਰਹੋ ਔਰ ਇਸ ਪ੍ਰਾਪਰਟੀ ਦੀ ਖਾਸियत ਇਹ ਵੀ ਹੈ ਕਿ ਇਸ ਪ੍ਰਾਪਰਟੀ ਦੇ ਵਾਕਿੰਗ ਡਿਸਟ ਹਾਂਜੀ ਪਲਾਜ਼ਾ ਔਰ ਸਾਰੇ ਜਿਹੜੀਆਂ ਸਹੂਲਤਾਂ ਹਨ ਜੀ ਉਹ ਬਿਲਕੁਲ ਵਾਕਿੰਗ ਡਿਸਟੈਂਸ ਦੇ ਉੱਤੇ ਹਨ ਔਰ ਇੱਕ ਇਹ ਇਹ ਬੜੇ ਐਕਸਕਲੂਸਿਵ ਜੇ ਥੋੜੇ ਜੇ ਟਾਊਨ ਹਾਊਸ ਜਿਹੜੇ ਹਨ ਜੀ ਬਿਲਡਰ ਨੇ ਬਣਾਏ ਹਨ ਔਰ ਬੜੇ ਹਾਈ ਐਂਡ ਐਕਸਕਲੂਸਿਵ ਬਿਲਡਰ ਹੈ ਔਰ ਇਸ ਪ੍ਰਾਪਰਟੀ ਨੂੰ ਤੁਸੀਂ ਦੇਖਣ ਦੇ ਲਈ ਔਰ ਇਸ ਦੇ ਬਾਰੇ ਹੋਰ ਜਾਣਕਾਰੀ ਲਈ ਇਸ ਦੀ ਕੀਮਤ ਜਾਣਨ ਦੇ ਲਈ ਤੁਸੀਂ ਸਾਡੀ ਟੀਮ ਦੇ ਨਾਲ ਸਾਡੇ ਸਕਰੀਨ ਦੇ ਉੱਤੇ ਦਿਖਾਏ ਗਏ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਸੋ ਟਡਾ ਸਾਹਿਬ ਘਰ ਛੋਟਾ ਵੱਡਾ ਲੋੜ ਮੁਤਾਬਕ ਇਨਸਾਨ ਖਰੀਦਦਾ ਹੈ ਹਾਂ ਤਾਂ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗਾ ਕਿ ਘਰ ਖਰੀਦਣ ਵੇਲੇ ਖਾਸ ਤੌਰ ਤੇ ਫਰਸਟ ਟਾਈਮ ਹੋਮ ਬਾਏਰ ਜਿਹੜੇ ਹੁੰਦੇ ਨੇ ਬਾਏ ਦਾ ਵੇ ਜਿਹੜੀ ਪ੍ਰਾਪਰਟੀ ਹੈ ਫਰਸਟ ਟਾਈਮ ਹੋਮ ਬਾਏਰ ਲਈ ਬੜੀ ਬੜੀ ਅੱਛੀ ਪ੍ਰਾਪਰਟੀ ਹੈ ਲੋਕੇਸ਼ਨ ਐਂਡ ਐਂਡ ਦਾ ਸਿਚੁਏਸ਼ਨ ਇਜ਼ ਵੈਰੀ ਗੁੱਡ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਪ੍ਰਾਪਰਟੀ ਖਰੀਦਣ ਲਈ ਫਰਸਟ ਟਾਈਮ ਹੋਮ ਬਾਏਰ ਫਰਸਟ ਟਾਈਮ ਹੋਮ ਬਾਏਰ ਨੂੰ ਆਪਣੇ ਜਿਸ ਤਰ੍ਹਾਂ ਕਹਿੰਦੇ ਨੇ ਨਾ ਚਾਦਰ ਦੇਖ ਕੇ ਪੈਰ ਪਸਾਰ ਨੇ ਚਾਹੀਦੇ ਆ ਬਿਕੋਜ਼ ਦੇ ਆਰ ਫਸਟ ਟਾਈਮ ਹੋਮ ਬਾਇਰ ਜੀ ਦੇ ਮਸਟ ਕੰਸੀਡਰ ਕਿ ਐਨਨੇ ਮੇਰੀ ਮਾਰਗੇਜ ਆ ਗਏ ਐਨਨੇ ਮੇਰੇ ਟੈਕਸਟ ਆ ਗਏ ਐਨਨੇ ਮੇਰੇ ਬਿੱਲ ਆ ਗਏ ਐਨੀ ਮੇਰੀ ਤਨਖਾਹ ਤੇ ਐਨੇ ਮੇਰੇ ਕੋ ਰੋਟੀ ਖਾਣ ਨੂੰ ਬਚ ਗਏ ਤੋ ਤੁਹਾਡੀ ਕੁਝ ਖਾਓ ਪੀਓਗੇ ਤਾਂ ਚੰਗੇ ਸਿਹਤਮੰਦ ਰਹੋਗੇ ਤਾਂ ਪੀਓ ਓਪੇਰੀਆ ਨਾ ਫੋਰ ਇਹਦੇ ਅਗਰ ਕਿਸੇ ਪ੍ਰਾਪਰਟੀ ਤੁਸੀਂ ਹੋਮ ਬਾਏਰ ਨੂੰ ਆਪਾਂ ਜਿਹੜਾ ਫਸਟ ਟਾਈਮ ਉਹਨਾਂ ਨੂੰ ਇਹ ਹੀ ਦੱਸ ਦੇਉਂਦੇ ਆ ਤੁਸੀਂ ਇਹ ਲੋਕ ਜੇ ਉਹਦੇ ਵਿੱਚੋਂ ਕੋਈ ਸੈਕੰਡਰੀ ਇਨਕਮ ਹੋ ਸਕੇ ਨਾ ਉਹ ਮੱਚ ਬੈਟਰ ਉਹਦੇ ਨਾਲ ਤੇ ਰੇਸ ਨਹੀਂ ਵਧ ਕ ਅੱਜ ਕੱਲ ਤਾਂ ਉਦਾਂ ਇਨ ਸਿਟੀ ਆਫ ਬਰੈਂਟਨ ਮਿਸਰਗਾ ਆਪਾਂ ਜਿਹੜੇ ਏਸ਼ੀਅਨ ਲੋਗ ਆ ਨਾ ਜੁਆਇੰਟ ਫੈਮਿਲੀ ਸਿਸਟਮ ਦੇ ਉੱਤੇ ਤਕਰੀਬਨ ਜੀਰਾ ਅਦਰਵਾਇਜ਼ ਮੈਂ ਨਹੀਂ ਆਪਾਂ ਕੈਨੋਟ ਈਵਨ ਰਿਪੋਰਟ ਟੂ ਬਾਈ ਅ ਪ੍ਰੋਪਰਟੀ ਵਿਦਾਊਟ ਅ ਸਪੈਸ਼ਲਿਸਟ ਯੂ ਕੈਨ ਅਫੋਰਡ ਇਟ ਇਫ देयर ਆ ਨੋਸ ਕੰਟਰੀ ਇਨਕਮ ਜੈਨਰਸ ਯੂ ਕੈਨ ਬੇਸਮੈਂਟ ਚੋਂ ਲੈ ਲਓ ਬਿਲਕੁਲ ਤੁਸੀਂ ਹੁਣ ਸੈਕੰਡਰੀ ਇਨਕਮ ਦੀ ਗੱਲ ਕੀਤੀ ਹੈ ਮੈਂ ਆਪਣੇ ਦਰਸ਼ਕਾਂ ਦੇ ਨਾਲ ਦੂਜੀ ਜਿਹੜੀ ਸਾਡੇ ਕੋਲ ਪ੍ਰੋਪਰਟੀ ਆ ਉਹ ਮੈਂ ਸਾਂਝੀ ਕਰਨੀ ਚਾਹਾਂਗਾ ਜਿਹੜੀ ਆ ਪ੍ਰੋਪਰਟੀ ਹੈ ਜੀ ਇਹ ਅ 26 2700 ਸਕਰ ਫੀਟ ਦੀ ਪ੍ਰੋਪਰਟੀ ਔਰ ਬੜਾ ਸ਼ਾਨਦਾਰ ਘਰ ਹੈ ਡਿਟੈਚ ਪ੍ਰੋਪਰਟੀ ਹੈ ਪਾਈ ਸ਼ੇਪ ਲੋਟ ਹੈ ਔਰ ਇਸ ਦੀ ਦੋ ਬੈਡਰੂਮ ਦੀ ਲੀਗਲ ਬੇਸਮੈਂਟ ਜਿਹੜੀ ਹੈ ਜੀ ਉਹ ਵਿਦ ਸਫੀਸ਼ੀਐਂਟ ਇਨਕਮ ਜਿਹੜੀ ਹੈ ਜੀ ਉਹ ਕ੍ਰੀਏਟ ਕਰਕੇ ਮੈਂ ਇੰਟਰਰਪਟ ਤੁਹਾਨੂੰ ਫਰਸ ਸੈਕਿੰਡ ਬੰਨ ਜੀ ਸਰ ਲੀਗਲ ਬੇਸਮੈਂਟ ਆਈ ਥੋਟ ਆਈ ਲਾਈਕ ਟੂ ਸ਼ੇਅਰ ਬੇ ਜੋ ਇਨਫੋਰਮੇਸ਼ਨ ਦਾ ਰੈਂਟਲ ਵੈਲਿਊ ਹੈਜ਼ ਗੋਨ ਸਕਾਈ ਰਾਕਟ ਪਰ ਲੀਗਲ ਬੇਸਮੈਂਟ ਬਿਲਕੁਲ ਬੀਟਵੀਨ 1800 ਟੂ 2200 dollars. 2200 ਡਾਲਰਸ ਬਿਲਕੁਲ ਅਲ ਜਿਹੜੀ ਪ੍ਰਾਪਰਟੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਸ ਪ੍ਰਾਪਰਟੀ ਦੀ ਜਿਹੜੀ ਬੇਸਮੈਂਟ ਹੈ ਜੀ ਇਹ ਮੈਂ ਪਾਈ ਸ਼ੇਪ ਲੋਟ ਦੀ ਗੱਲ ਕਰ ਰਹੇ ਹਾਂ ਕਿ ਇਹਦਾ ਲੋਟ ਐਡਾ ਵੱਡਾ ਜਿਹਨੂੰ ਮੁਰਿਓ ਕਹਿੰਦੇ ਗੋਮੁਖਾ ਮੁਰਿਓ ਹੋ ਗੋ ਬਾਟ ਗੋ ਹਾਂਜੀ ਪਿੱਛੋਂ ਚੌੜਾ ਰਹੇ ਬਿਲਕੁਲ ਕਾਟੇਜ ਵਾਂਗੂ ਲੱਗਦਾ ਹੈ ਜੀ ਬਾਗ ਲੱਗ ਸਕਦਾ ਹੈ ਜੀ ਪਿੱਛੇ ਜੀ ਬਹੁਤ ਅੱਛੇ ਬੂਟੇ ਫੁੱਲ ਲੱਗੇ ਹੋਣੇ ਆਰ ਇਟਸ ਅ ਹਿਊਜ ਪ੍ਰਾਪਰਟੀ ਇਸ ਪ੍ਰਾਪਰਟੀ ਵਿੱਚ ਪਿੱਛੇ ਫੁੱਲ ਫਲੇਜ ਜਿਹੜਾ ਹੈ ਜੀ ਐਕਸਟਰਾ ਬਿਗ ਜਿਹੜਾ ਹੈ ਜੀ ਉਹ ਪੈਟਿਓ ਬਣਿਆ ਹੋਇਆ ਹੈ ਗਾਜੀਬੋ ਲੱਗਿਆ ਹੋ ਔਰ ਇਸ ਘਰ ਦੇ ਵਿੱਚ ਸੈਪਰੇਟ ਫੈਮਿਲੀ ਰੂਮ ਔਰ ਜਿਹੜਾ ਹੈ ਡਾਈਨਿੰਗ ਲਿਵਿੰਗ ਐ ਸੈਪਰੇਟ ਹੈ ਔਰ ਕਿਚਨ ਜਿਹੜੀ ਹੈ ਜੀ ਉਹ ਬਹੁਤ ਅੱਛੀ ਸ਼ਾਨਦਾਰ ਕਿਚਨ ਬਣੀ ਹੋਈ ਔਰ 4 ਬੈਡਰੂਮ ਬੜੇ ਖੁੱਲੇ ਡੁੱਲੇ ਕਮਰੇ ਔਰ ਇਸ ਦੇ ਘਰ ਦੀ ਜਿਹੜੀ ਲਾਂਡਰੀ ਮੇਨ ਫਲੋਰ ਦੇ ਉੱਤੇ ਹੈ ਔਰ ਇਸ ਪ੍ਰਾਪਰਟੀ ਨੂੰ ਖਰੀਦਣ ਦੇ ਲਈ ਇੱਕ ਇਸ ਦੀ ਖਾਸियत ਹੋਰ ਹੈ ਜੀ ਇਸ ਘਰ ਦੀ ਜਿਹੜੀ ਰੂਫ ਹੈ ਨਾ ਜੀ ਉਹ ਪਰਮਾਨੈਂਟ ਰੂਫ ਹੈ ਜੀ ਉਹ ਉਹ ਮੈਟਲ ਮੈਟਲ ਰੂਫ ਹੈ ਮਾਈ ਗੋਡ ਇਸ ਕਾਸਟ ਅਬਾਊਟ ਆਫ ਆਮ ਨਾ ਰੌਂਗ ਅਬਾਊਟ 30000 30 25000 ਡਾਲਰ ਦੀ ਲੱਗਦੀ ਆ ਔਰ ਐਡੇ ਵੱਡੇ ਕਰਦੀ ਸੋ ਇਸ ਪ੍ਰਾਪਰਟੀ ਦੇ ਓਪਨ ਹਾਊਸ ਵੀ ਜਿੱਥੇ ਲੱਗਣ ਜਾਣ ਲੱਗਣ ਕੇ ਆਉਣ ਵਾਲੇ ਦਿਨਾਂ ਚ ਇਸ ਘਰ ਦੀ ਕੀਮਤ ਜਾਣਨ ਦੇ ਲਈ 26 2700 ਸਕੁਅਰ ਫੀਟ ਦਾ ਡਿਟੈਚ ਕਰ ਬ੍ਰੈਂਪਟਨ ਦੇ ਪ੍ਰਾਈਮ ਏਰੀਆ ਦੇ ਵਿੱਚ ਜਿਹੜਾ ਹੈ ਇਸ ਦੀ ਜਾਣਕਾਰੀ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਦੇ ਨਾਲ ਸਕਰੀਨ ਦੇ ਉੱਤੇ ਜਿਹੜੇ ਨੰਬਰ ਹਨ ਜੀ ਤੁਹਾਨੂੰ ਅਸੀਂ ਬਾਰ-ਬਾਰ ਦਿਖਾਉਂਦੇ ਆ ਮੇਰਾ ਫੋਨ ਨੰਬਰ 416 997 3000 ਹੈ ਟਾਡਾ ਸਾਹਿਬ ਦਾ ਫੋਨ ਨੰਬਰ 416 887 6955 ਹੈ ਸੋ ਟੱਡਾ ਸਾਹਿਬ ਅਖੀਰ ਦੇ ਵਿੱਚ ਮੈਨੂੰ ਪਤਾ ਹੈ ਪ੍ਰੋਗਰਾਮ ਦਾ ਆਪਣਾ ਸਮਾਂ ਟਾਈਮ ਚੱਲਦਾ ਨਹੀਂ ਇਹ ਕੰਨੀਆਂ ਗੱਲਾਂ ਕਰਦੇ ਛੱਟ ਨਾ ਜਾਂਦਾ ਜੇ ਮਾਰੀਆਂ ਹੁਣ ਤੋਂ ਮੁੱਕਦਾ ਹੀ ਨਹੀਂ ਸੋ ਮੈਂ ਜਾਨਣਾ ਚਾਹਾਂਗਾ ਕਿ ਪ੍ਰਾਪਰਟੀ ਜ਼ੋਨ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੋਈ ਐਸਾ ਟਿਪ ਦਿਓ ਇੱਕ ਤਾਂ ਤੁਸੀਂ ਦੇ ਦਿੱਤਾ ਕਿ ਚਾਦਰ ਵੇਖ ਕੇ ਪੈਰ ਪਸਾਰੋ ਜੀ ਦੂਜਾ ਪ੍ਰਾਪਰਟੀ ਅੱਜਕੱਲ ਜਿਹੜੀਆਂ ਲਈਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਨਾ ਜੀ ਅਨ ਕੰਡੀਸ਼ਨਲ ਆਫਰਸ ਹੁੰਦੀਆਂ ਨੇ ਤਾਂ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਅਨ ਕੰਡੀਸ਼ਨਲ ਆਫਰਸ ਨੇ ਕੀ ਇਹ ਨੁਕਸਾਨਦਾਇਕ ਨੇ ਜਾਂ ਫਾਇਦੇਮੰਦ ਨੇ ਕਿਸੇ ਮੈਂ ਕਿਸੇ ਵੀ ਕੀਮਤ ਦੇ ਉੱਤੇ ਅੱਜ ਤੱਕ 45 46 ਸਾਲ ਹੋ ਗਏ ਰੀਅਲ ਸੇ ਵੇਦਰਮਲ ਡੀਲ ਲੋਸ ਕਿਤੇ ਹੋਵੇ ਮੈਂ ਕਦੇ ਅਨ ਕੰਡੀਸ਼ਨਲ ਅਨ ਕੰਡੀਸ਼ਨਲ ਆਫਰ ਨਹੀਂ ਪਾਈ ਅਨਲੈਸ ਦੇ ਹੈਵ ਅ ਰਿਟਰਨ ਗਰੰਟੀਡ ਅਪਰੂਵਲ ਫਰਮ ਦ ਬੈਂਕ ਕਿ ਦਿਸ ਮੱਚ ਜੋ ਕੁਆਲੀਫਾਈ ਹੋਏ ਔਰ ਕੈਸ਼ਬੈਕ ਜਾਂ ਕੈਸ਼ਬੈਕ ਐਸੇ ਲਾਈ ਪੁਟ ਦ ਕੰਡੀਸ਼ਨ ਦ ਸਬਜੈਕਟ ਟੂ ਬੀਇੰਗ ਅਪਰੇਸਡ ਬਾਈ ਦ ਫਾਈਨੈਂਸ਼ੀਅਲ ਇਨਸਟੀਟਿਊਸ਼ਨ ਇਹ ਦੋਸ ਕੰਡੀਸ਼ਨਾਂ ਜ਼ਰੂਰ ਹੋਣੀ ਚਾਹੀਦੀਆਂ ਉਹਦਾ ਨਗਰਪਾਲਿਕਾ ਸਾਹਿਬ ਤੁਹਾਨੂੰ ਦੁੱਖ ਵੀ ਹੋਊਗਾ ਗੱਲ ਸੁਣ ਕੇ ਉਹਦੀਆਂ ਕੰਡੀਸ਼ਨਾਂ ਦੋ ਮਤਲਬ ਹੁੰਦਾ ਇੱਕ ਤਾਂ ਬੈਂਕ ਕੋਲੋਂ ਮੇਕ ਸ਼ੋਰ ਕਰਨਾ ਹੁੰਦਾ ਵੀ ਪੈਸੇ ਉਹ ਦੇਣ ਨੂੰ ਤਿਆਰ ਵੀ ਆ ਕਿਸੇ ਵੇਲੇ ਰੱਬ ਨਾ ਕਰੇ ਕੋਈ ਵੇਚਣ ਵਾਲਾ ਜਾਂ ਖਰੀਦਣ ਵਾਲਾ ਰੱਬ ਨੂੰ ਪਿਆਰਾ ਹੋ ਜਾਏ ਤਾਂ ਕੰਡੀਸ਼ਨ ਹੋਵੇ ਤਾਂ ਉਹ ਕੋਈ ਬਚਾਅ ਹੋ ਸਕਦਾ ਅਦਰਵਾਜ ਤੋ ਫਸ ਗਏ। ਅਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਆ ਕਿ ਜਿਹੜੀ ਕੰਡੀਸ਼ਨ ਹੈ ਨਾ ਜੀ ਉਹਦਾ ਫਾਇਦਾ ਸਿਰਫ ਬਾਇਰ ਨੂੰ ਨਹੀਂ ਹੈ। ਜਿਹੜਾ ਸੈਲਰ ਹੈ ਉਸ ਨੂੰ ਵੀ ਉਹਦੇ ਉੱਤੇ ਉਹਦੇ ਵੀ ਜ਼ਿਆਦਾ ਹੁੰਦਾ ਉਹਨੂੰ ਵੇਚਣਾ ਹੁੰਦਾ ਵਿਚਾਰਿਆਂ ਨੇ। ਕਿਉਂਕਿ ਉਹ ਜਿਹਨੇ ਵੇਚਣਾ ਹੈ ਉਹਨੂੰ ਐਟਲੀਸਟ ਉਹਨੂੰ ਕੰਡੀਸ਼ਨ ਦਾ ਇਹ ਫਾਇਦਾ ਹੈ ਕਿ ਤੁਹਾਨੂੰ ਪਾਈ ਉਹ ਜਿਹੜਾ ਬੈਂਕ ਹੈ ਉਸਨੇ ਹੁਣ ਓਕੇ ਕਰ ਦਿੱਤਾ ਤਾਂ ਕਿ ਤੁਹਾਡਾ ਜੱਕੋ ਤੱਕੀ ਦੇ ਵਿੱਚ ਕਿਉਂਕਿ ਬਹੁਤ ਸਾਰੇ ਪਿਛਲੇ 2 ਸਾਲਾਂ ਚ ਐਸੀਆਂ ਗੱਲਾਂ ਹੋਈਆਂ ਨੇ ਕਿ ਅਨ ਕੰਡੀਸ਼ਨਲ ਆਫਰਸ end of the day 2 ਮਹੀਨੇ 3 ਮਹੀਨੇ ਬਾਅਦ ਜਿਹੜੀਆਂ ਟੀਲਾਂ ਨੇ ਜੀ ਉਹ ਟੁੱਟੀਆਂ ਨੇ ਬਹੁਤ ਜ਼ਿਆਦਾ ਜਿਹੜੇ ਹਨ ਜੋ ਕੇਸ ਕਚੈਰੀਆਂ ਚਾਰ ਪੈਸੇ ਖੱਜਲ ਖਵਾਰੀ ਜਿਹੜੀ ਹੈ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਅਸੀਂ ਆਪਣੇ ਦਰਸ਼ਕਾਂ ਨੂੰ ਹਮੇਸ਼ਾ ਚੰਗੀ ਸਲਾਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਕਦੇ ਵੀ ਕਿਸੇ ਵੀ ਮੌਕੇ ਦੇ ਉੱਤੇ ਰੀਅਲ ਏਸਟੇਟ ਸੰਬੰਧੀ ਪ੍ਰਾਪਰਟੀ ਸੰਬੰਧੀ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ ਤੁਹਾਨੂੰ ਅਸੀਂ ਨੇਕ ਔਰ ਆਪਣੀ ਪ੍ਰੋਫੈਸ਼ਨਲ ਜਿਹੜੀ ਸਵਾਹ ਸਲਾਹ ਜਿਹੜੀ ਹੈ ਜੀ ਉਹ ਅਸੀਂ ਦੇਵਾਂਗੇ ਤਾਂ ਕਿ ਫ੍ਰੀ ਕਨਸਲਟੇਸ਼ਨ ਫ੍ਰੀ ਕਨਸਲਟੈਂਟ ਦੇਵਾਂਗੇ ਕੋਈ ਚਾਰਜ ਨਹੀਂ ਹੋ ਸਕਦਾ ਜੀ ਤੁਹਾਨੂੰ ਚਾਹ ਦਾ ਕੱਪ ਜ਼ਰੂਰ ਪੀ ਪਾਵਾਂਗੇ ਲੈਂਦੇ ਕੁਛ ਨਹੀਂ ਮੰਗਦੇ ਕੁਛ ਨਹੀਂ ਸੋ ਇੰਡਿਊਸਮੈਂਟ ਕੋਈ ਨਹੀਂ ਹੈ ਜੀ ਇਹ ਸਾਡਾ ਆਮ ਪੰਜਾਬੀਆਂ ਦਾ ਸੁਭਾਅ ਹੈ ਕਿ ਚਾਹ ਪਾਣੀ ਤਾਂ ਪੀਣਾ ਹੀ ਹੁੰਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਜੀ ਸਾਰੇ ਦਰਸ਼ਕਾਂ ਨੂੰ ਉਸ ਦਾ ਸ੍ਰੀਕਾਲ ਗੁੱਡ ਲੱਕ ਬਾਈਨਾ